ਮੈਨੂੰ ਤਾਂ ਦੱਸੋ ਵੀ ਅਸੀਂ ਆ ਬੈਠੇ ਆ ਹੁਣ ਮੇਰੇ ਮੂੰਹ ਵੱਲ ਨਾ ਵੇਖ ਅਈ ਅੱਡੇ ਤੇ ਭੱਜਾ ਜਾ ਦੋ ਮਾਲੇ ਲਾ ਲਵੀ ਇੱਕ ਲਾੜਾ ਗਾਦ ਲਈ ਸੀ ਤੇ ਇੱਕ ਸੜਬਾਲਾ ਤੇ ਇੱਕ ਕੁੱਲਾ ਲਾ ਲਵੀ ਸ਼ੌਕੀ ਦੇ ਸਿਰ ਦਾ ਹਿਸਾਬ ਵੇਖ ਕੇ ਲਵੀ ਤੈਨੂੰ ਤਾਂ ਪਤਾ ਹੈ ਉਹਦਾ ਕਿੱਡਾ ਕਸੇਰ ਹੈ ਠੀਕ ਲੈ ਆਨੇ ਅਜਾ ਯਾਰ ਉਹ ਲੈ ਸਮਾਨ ਜਿਹੜਾ ਆਂਦੀ ਪਈ ਠੀਕ ਆ ਮੈਂ ਤੈਨੂੰ ਵੇ ਮੈਂ ਹੁਣੇ ਆਇਆ ਕੋਈ ਨਹੀਂ ਉਹ ਲੈ ਆਉਂਦਾ ਉਹਨੂੰ ਕਿਹੜਾ ਨਿਕਲ ਨਹੀਂ ਆਉਂਦਾ ਤੂੰ ਬਸ ਨਾ ਵਿੰਗਾਰਾਂ ਖਤਮ ਕਰਿਆ ਕਰ ਆ ਤੇਰੀ ਆਦਤ ਮੈਨੂੰ ਗੰਦੀ ਲੱਗਦੀ ਹੈ ਵੀ ਜਿਹੜਾ ਸਵਾਲ ਮੈਂ ਤੈਨੂੰ ਆਨੀ ਆ ਤੇ ਗਦਾ ਤੂੰ ਆਗਾ ਓਏ ਲੈ ਆਉਂਦਾ ਹੁਣ ਤੂੰ ਮੇਰੇ ਨਾਲ ਨਾ ਲਾੜੇ ਉਹ ਕੀ ਆ ਰੋਲਾ ਪਾਈ ਖਲੀ ਬੇਗਮ ਜੀ ਕੀ ਰੋਲਾ ਗਤਨਾ ਪੈਸੇ ਦਿੱਤਨ ਉਹ ਵੀ ਅੱਜ ਜਾਂਜ ਚੜਦੀ ਪਈ ਏ ਕੋ ਦੋ ਮਾਲੇ ਲਈਆਂ ਮੈਂ ਤੇ ਕੁੱਲਾ ਲਈਆਂ ਮੈਂ ਉਹ ਇਹਨੂੰ ਪੈਸੇ ਫਦਾਨ ਤੇ ਐਸਾ ਗੁੱਡੋ ਉਹਨੂੰ ਚੱਪਦਾ ਚਲੋ ਆਪਾਂ ਨੂੰ ਤਾਂ ਮਾਲਾਂ ਤੇ ਸਿਰੇ ਚਾਹੀਦੇ ਨੇ ਭਾਵੇਂ ਇਹ ਲਾਇਆ ਹੋਵੇ ਤੇ ਭਾਵੇਂ ਉਹ ਲਾਇਆ ਹੋਵੇ ਮੈਂ ਆਖਿਆ ਉਹ ਲੇਟ ਉਸੀ ਟਹਿਲ ਟਹਿਲ ਕਿਉਂ ਛੂਰੇ ਪੜਸੀ ਨਹੀਂ ਨਹੀਂ ਉਹ ਕੰਮ ਨੂੰ ਕੰਮ ਸਮਝਦਾ ਤੂੰ ਟੈਨਸ਼ਨ ਨਾ ਲਓ ਹੁਣੇ ਆਇਆ ਲਾਇਆ ਉਤਨਾ ਇੱਕ ਗੱਲ ਲਈ ਹਰ ਸ਼ਾਇਦ ਮੈਂ ਮੰਗਾਈ ਖਲੋਤੀਆਂ ਰਾਤੀ ਗਾਵਨ ਵੀ ਕਾਟ ਲੈਣ ਮਹਿੰਦੀ ਵੀ ਲਾੜੇ ਤੇ ਬਿਗੈਰ ਆਪਾਂ ਕਰ ਲਈਏ ਜੇ ਲਾੜਾ ਨਾ ਆਇਆ ਤਾਂ ਬਾਹਰ ਆਪਾਂ ਮੂੰਹ ਵਿਖਾਵਣ ਜੋਗੇ ਵੀ ਨਹੀਂ ਰਹਿ ਜਾਵਾਂ ਓਏ ਉਸ ਮੈਨੂੰ ਕੱਲ ਫੋਨ ਕੀਤਾ ਬਰਾਤ ਚੜਨ ਤੋਂ ਪਹਿਲਾਂ ਮੈਂ ਪਹੁੰਚਿਆ ਹਾਂ ਸਾ ਤੁਸੀਂ ਟੈਨਸ਼ਨ ਨਹੀਂ ਲੈਣੀ ਤੇ ਤੂੰ ਐਵੇਂ ਘਾਬਰੀ ਖਲੀ ਆ ਉਹਦੀ ਬਰਾਤ ਚੜਨ ਚੁਕੜਾ 8 ਦਿਨ ਪੈਣ ਹੁਣੇ 1 ਘੰਟੇ ਬਾਅਦ ਬਰਾਤ ਦੀ ਤਿਆਰੀ ਹੋ ਜਾਵਣੀ ਹੈ ਪੁਰਾਣੇ ਤੈਨੂੰ ਪਤਾ ਸਾਰੇ ਆਪਣੇ ਘਰੇ ਰਾਤ ਦੇ ਆਵੇਦਨ ਹਰ ਕੋਈ ਤਿਆਰੀਆਂ ਕਰਦਾ ਵਦਾ ਉਹਨੂੰ ਫੋਨ ਕਰ ਤੇ ਸਾਧ ਲੈ ਉਹਨੂੰ ਆ ਕਿੱਥੇ ਘਰੇ ਆ ਜਾ ਉਹ ਤੂੰ ਪਰੇਸ਼ਾਨ ਨਾ ਹੋ ਮੇਰਾ ਵਿਆਹ ਆਈ ਅਮਸੀ ਜੀ ਮੈਂ ਪ੍ਰਾਹ ਘਰੂਲਾ ਮਮਦਾ ਉਹ ਜਿਹੜੇ ਨੰਬਰ ਤੋਂ ਉਸ ਮੇਰੇ ਨਾਲ ਫੋਨ ਕੀਤਾ ਨਾ ਉਹ ਮੈਂ ਨੰਬਰ ਮਿਲਾਈਂਦਾ ਖਾਣਾ ਲੈ ਕੇ ਬੰਦ ਜਾਂਦਾ ਪਿਆ ਗੱਲ ਹੀ ਨਹੀਂ ਹੁੰਦੀ ਪਈ ਲੈ ਇਹ ਲੋਕਾਂ ਜਿਹੜਾ ਉਹਦਾ ਨੰਬਰ ਬੰਦ ਜਾਂਦਾ ਪਿਆ ਨਾ ਮੈਨੂੰ ਲੱਗਦਾ ਉਹ ਡਕੇਟ ਫਦੀਜ ਗਿਆ ਹੋ ਸੀ ਇਹਦੇ ਨਾਲ ਇਹ ਚੰਗਾ ਨਹੀਂ ਆ ਘਰ ਬੈਠਿਆ 5-600 ਦੀ ਦਿਹਾੜੀ ਲਾਇਆ ਹੁੰਦਾ ਚਲੋ ਖਾ ਪੀ ਲੈਂਦਾ ਦਾ ਖਰਚਾ ਕਰ ਲੈਂਦਾ ਹੁਣ ਅੱਜ ਖੁਸ਼ੀ ਤਾਂ ਦੇ ਹੈ ਤੇ ਉੱਥੇ ਲੁਕਦਾ ਤੇ ਛਾਂਦਾ ਵਦਾ ਹੁਣ ਦੱਸ ਆਪਾਂ ਕੀ ਕਰੀਏ ਉਹ ਨਹੀਂ ਫਦੀਂਦਾ ਜਿਹੜੇ ਚੋਰ ਡਾਕੂ ਆਉਂਦੇ ਨਾ ਇਹਨਾਂ ਕੋਲ ਬੜੀਆਂ ਗੁਰੀਆਂ ਹੁੰਦੀਆਂ ਰਵਣ ਵਾਸਤੇ ਇਹ ਤਾਂ ਸਾਹਬ ਦਾ ਖਰਚਾ ਸੌਣ ਲੈਵਣ ਨਾ ਤਿੰਨਾਂ ਨੂੰ ਪਤਾ ਲੱਗ ਜਾਂਦਾ ਹੈ ਆ ਸਾਡੇ ਉੱਤੇ ਸਾਹਬ ਚੜੇ ਆਉਂਦਾ ਤੇ ਪੁਲਿਸਾਂ ਦੇ ਹੱਥੀ ਆਉਂਦਨ ਉਤਨਾ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਚਲੋ ਆਪਾਂ ਨੂੰ ਤਾਂ ਦੱਸੇ ਨਾ ਕਿ ਮੈਂ ਠੀਕ ਠਾਕ ਹਾਂ ਨਾ ਤੁਸੀਂ ਮੇਰੀਆਂ ਤਿਆਰੀਆਂ ਕਰੋ ਨਾ ਅਗਲਾ ਪਤਾ ਹੈ ਆਪਾਂ ਨੂੰ ਨਾ ਪਿਛਲਾ ਪਤਾ ਹੈ ਆਪਾਂ ਨੂੰ ਆਪਾਂ ਤਾਂ ਵਿਚਕਾਰ ਡੁੱਬੇ ਬੈਠੇ ਆਂ ਆਪਾਂ ਵਿਚਕਾਰ ਨਹੀਂ ਸੇ ਡੁੱਬਦੇ ਅਗਰ ਤੂੰ ਇਜਾਜ਼ਤ ਦੇਵੇਂ ਵਿਰਾਦ ਦੀ ਜਗ੍ਹਾ ਤੇ ਸਿਰੇ ਬਾਨ ਕੇ ਮੈਂ ਨਾ ਲਗਾ ਜਾਵਾਂ ਲਿੱਤਰ ਲਈ ਸਲਾਹ ਤੇ ਆ ਜਾਨ ਜਾਲਿਆਂ ਨੂੰ ਅਕਸਰ ਮੇਰੇ ਦਾ ਮੂੰਹ ਕਾਲਾ ਕਰਕੇ ਤੈਨੂੰ ਪੂਰੇ ਚੱਕ ਦਾ ਗੇੜਾ ਕਢਾਓ ਵੱਡਾ ਲਾੜਾ ਪਰਨਿੰਦਾ ਓ ਬੇਗਮ ਜੀ ਮੈਂ ਸਿਰਫ ਤੈਨੂੰ ਚੈੱਕ ਕੀਤਾ ਤੂੰ ਮੇਰੇ ਨਾਲ ਕਿੰਨਾ ਕੁ ਪਿਆਰ ਕਰੇਨੀ ਹੈ ਲੇਕਿਨ ਤੂੰ ਤਾਂ ਗੁੱਸੇ ਨਾਲ ਭਰੀ ਖਲੀ ਹੈ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਗੱਲ ਕਰਨ ਦਾ ਵੀ ਕੋ ਟਾਈਮ ਹੁੰਦਾ ਮੇਰੀ ਜਾਨ ਤੇ ਬੜੀ ਖਲੋਤੀ ਹੈ ਵੀ ਉੱਥੇ ਉਹ ਛੋਰ ਨੂੰ ਤਿਆਰ ਕੀਤੀ ਬੈਠੇ ਹੋ ਸਾਨੂੰ ਨਾਂਦੀ ਸਾਰੀ ਬਿਆਦਰੀ ਇਕੱਠੀ ਹੋਈ ਬੈਠੀ ਹੋਸੀ ਜੀ ਅਸਾਂ ਨਾ ਅਪੜੇ ਤੇ ਨਿਗਰ ਕੇ ਮਰਨ ਵਾਲੀ ਗੱਲ ਹੈ ਓ ਨਾ ਟੈਨਸ਼ਨ ਲਾਓ ਕੁਝ ਵੀ ਨਹੀਂ ਹੁੰਦਾ ਆਪਾਂ ਬਰਾਤ ਲੈ ਕੇ ਜਸਾਂ ਤੂੰ ਇੱਥੇ ਬੈਠਾ ਹੁਣ ਕੀ ਹੋਇਆ ਹੁਣ ਕੀ ਹੋਇਆ ਉਹ ਮੈਂ ਕਾਰ ਵਾਲੇ ਨੂੰ ਫੋਨ ਕਰਿੰਦਾ ਖਾਲਾ ਉਹਦਾ ਲੰਬਰ ਹੀ ਬੰਨ ਜਾਂਦਾ ਪਿਆ ਖੁਰੀ ਚਾਹੀ ਜੋ ਉਹਨੂੰ ਸਾਧਕ ਲਾਇਆ ਉਹਨਾਂ ਸਾਡੀ ਬਰਾਤ ਦਾ ਟਾਈਮ ਹੋ ਗਿਆ ਤੂੰ ਹਾਲੇ ਤੱਕ ਨਹੀਂ ਆਇਆ ਠੀਕ ਹੈ ਮੈਂ ਜਾਣਾ ਠੀਕ ਹੈ ਮੈਂ ਜਾਣਾ ਸਾਰੇ ਮੈਂ ਤਾਂ ਟੁਕਰੇਲ ਹੀ ਚੱਲੇ ਉਹਨ ਕੰਮ ਦਾ ਨਾਂ ਹੀ ਨਹੀਂ ਲੈਂਦੇ ਕੰਮ ਦਾ ਨਾਂ ਹੀ ਨਹੀਂ ਲੈਂਦੇ ਕੰਮ ਦਾ ਉਹ ਕੀ ਨਾਂ ਲੈਣਾ ਮੂੰਹ ਐ ਕੀਤੀ ਵਦਨ ਜਿਵੇਂ ਫੋਤਕੀ ਵਾਲੇ ਘਰੇ ਆਏ ਵਦਨ ਹਾਂ ਆ ਪੈਸੇ ਮੈਂ ਦੇ ਚੱਕ ਤਾਂ ਢੇਰ ਨਹੀਂ ਹੈ ਐਡੀ ਕਮਲੀ ਕੋਈ ਨਹੀਂ ਹੈ ਢਾਮਣੇ ਹੁੰਦੇ ਤੁਮਰਾਂ ਦੇ ਢਾਏ ਪਵੇਣਾ ਹਾਂ ਹੁਣ ਮੈਂ ਇਹ ਕਰਾਂ ਅੰਦਰ ਉਹਦੇ ਕੱਪੜੇ 'ਚ ਨਾਲਾ ਨੂਲਾ ਘਾਤ ਲਵਾਂ ਹਾਂ ਤੇ ਨਾਲਾ ਨੂਲਾ ਘਾਤ ਲਾ ਤੇ ਮੈਂ ਇਹਦੀ ਬਰਾਦਰੀ ਨੂੰ ਵੇਖ ਲਵਾਂ ਕਿਹੜੇ ਆ ਰਹੇ ਤੇ ਕਿਹੜੇ ਜਾ ਰਹੇ ਪੜਿਆ ਨਹੀਂ ਤਾਂ ਤੇਰੇ ਮਗਰ ਮੈਂ ਬੰਦਾ ਖੱਲੂਆਂ ਮੂੰ ਓ ਯਾਰ ਤੋ ਜਿਵੇਂ ਟਾਈਮ ਦਿੱਤਾ ਵੀ ਇਸ ਟਾਈਮ ਤੇ ਆਵੀ ਤੇ ਮੈਂ ਉਸ ਟਾਈਮ ਤੇ ਆ ਗਿਆ ਜੀ ਓ ਸ਼ੇਖਾ ਖੁਸ਼ ਕੀਤੇ ਤੇ ਇਹ ਕੌਣ ਹੈ ਓ ਇਹ ਨਵਾਂ ਸ਼ਗਿਰਦ ਕੀਤਾ ਇਹਨੂੰ ਸ਼ੌਕ ਹੈ ਢੋਲ ਸਿੱਖਣ ਦਾ ਤੇ ਨਾਲ ਵੇਲਾ ਫੱਦਾਂ ਦਾ ਤੇ ਗੋਸ਼ਤ ਖਾਵਣ ਦਾ ਹਾਂ ਤਾਂ ਕੱਟੇ ਤਰ੍ਹਾਂ ਪੱਲੇ ਹੋਇਆ ਗੋਸ਼ਤ ਖਾ ਕੇ ਇਹ ਨਾਚ ਨੂਚ ਵੀ ਲੈਂਦਾ ਕਿ ਹਰਾਮ ਖਾਵਣ ਵਾਲੇ ਤਰ੍ਹਾਂ ਸਿਰਫ ਡੇਢ ਕੱਢੀ ਵਦਾ ਓ ਦੱਸਦਾ ਕਿਉਂ ਨਹੀਂ ਹੈ ਤੁਹਾਨੂੰ ਆ ਕੰਮ ਨੱਚ ਵੀ ਲੈਣਾ ਤੇ ਵੇਲਾ ਹੀ ਫੜ ਲੈਣਾ ਤੇ ਫੁਲਕੇ ਨਾਲ ਵੀ ਆਸਰਾ ਕਰ ਲੈਣਾ ਯਾਰ ਤੂੰ ਪਰੇਸ਼ਾਨ ਕਿਉਂ ਹੋ ਗਿਆ ਮੈਂ ਨੱਚਾਂ ਵੀ ਬੜਾ ਸੋਹਣਾ ਤੇ ਵੇਲ ਵੀ ਐਂ ਫੱਸਾ ਜਿਵੇਂ ਮੁਲਜ਼ਮ ਫੱਦੀਦਾ ਹਾਂ ਨੀਅਤ ਨਾਲ ਸਿੱਖਾਂ ਦੇ ਜਲਦੀ ਸਿੱਖ ਜਾਸੇ ਕਦੋਂ ਦਾ ਸ਼ਗਿਰਦ ਓਏ ਅਸੀਂ ਕਦੀ ਜ਼ਿੰਦਗੀ ਚ ਮਾਰ ਨਹੀਂ ਖਾਤੀ ਓ ਤੂੰ ਚੁੱਪ ਕਰ ਤੂੰ ਵਿੱਚ ਵੱਖਰਾ ਥਾਣੇਦਾਰ ਬਣਿਆ ਖਲਾ ਮੈਂ ਗੱਲ ਤੇਰੇ ਉਸਤਾਦ ਨਾਲ ਕਰਿੰਦਾ ਖਲਾ ਚੱਲ ਕਰ ਲਾ ਕਰ ਲਾ ਕਦੋਂ ਦਾ ਸ਼ਗਿਰਦ ਕੀਤਾ ਓਏ ਯਾਰ ਰਾਤੀ ਆਇਆ ਹੈ ਤੇ ਆਂਦਾ ਮੈਨੂੰ ਸ਼ਗਿਰਦ ਕਰ ਮੈਂ ਆ ਕੇ ਚੱਲ ਆ ਜਾ ਮੈਂ ਅੱਜ ਪਹਿਲਾ ਹੀ ਕੰਮ ਤੁਹਾਡਾ ਆ ਗਿਆ ਮੈਂ ਆ ਕੇ ਨਾਲ ਤਾਂ ਵੱਲ ਸੇਕੇ ਉਸੇ ਥੋੜਾ ਗਾਣਾ ਨਾਲ ਟੁੱਕਰ ਪੇ ਲੇ ਉਸੇ ਇਹਨੂੰ ਆਖ ਮੇਰੇ ਹੈ ਭਿਰਾ ਦੀ ਸ਼ਾਦੀ ਹਾਂਜੀ ਇਹਨੂੰ ਆਖ ਨੱਚਣ ਵਾਲੀ ਕਾਹੀ ਕਮੀ ਇੱਥੇ ਨਾ ਛੱਡੇ ਸੀ ਉਹ ਚੰਗਾ ਨੱਸੀ ਅੱਜ ਚੰਗਾ ਨੱਸੀ ਦੇਗਾ ਨਾਲ ਫੁਲਕੇ ਤੇ ਜਾਸੀ ਹਾਂ ਜ਼ਿੰਦਾਬਾਦ ਉਹ ਤੂੰ ਬੇਫਿਕਰ ਹੋ ਜਾ ਮੈਂ ਬੜਾ ਸੋਹਣਾ ਡਾਂਸ ਕਰਸਾਂ ਹਾਂ ਹਾਂ ਮੈਨੂੰ ਲੱਗਦਾ ਪਹਿਲਾਂ ਖੁਸ਼ ਰਹਿਣਾ ਰਹੀ ਆ ਨਹੀਂ ਜਨਾਬ ਅੱਛਾ शादी ते आया चिट्टा चोला
दिल खुश करते इसे गल तू दलेर आदमी इतना भी दलेर ना समझ जिस दिन अपने घर पुलिस का छापा पे ना कुत्ती घोरे वड़ गया इतना दलेर है बोल मियां मिठू ते कर चगल चगल उस्ताद जी एनु दसो भाई कुत्ती सजी सुई हो जाए ओंदे मैं गोरे च वड़ गया ए मेरी दलेरी नहीं है हालांकि कुत्ती सुई हो होवे ना ते बंदे ओंदी आवाज दे नेड़े ही नहीं लगदे क्योंकि ओ चीर पार छड़ दी है मैं शौकी मेरी गल सुने ना किसे होर दे सामने ए दलेरी दा गीत गावे आ ना ते मोड़ मैं मान जावा हां मेरे तू बेहतर ते मेरे साईं तू बेहतर कौन जानदा तेनु भाई तू कितना दलेर है मेरा भरा शेर बंदा ते ओंदी ना एवें बेइज्जती कीती कर तू किस दा मैथों आदी चमड़ी लवा लेनी मेनू ना एदो वाखी नहीं होण पांदा जे तू मैनु शरीकां च ओथे गंदिया करना है ना ते बेशक घर हट जा क्यों हट जावा घर तेनु त मैं ओथे सवार के घोड़ी ते चढ़ावा के औसांगी घोड़ी ते चढ़ा के औसे की तू मेरी लत्ता तूफा ते उत्ते चढ़ावा मैं आपे चढ़ जासा मेरे तो वास च कोई नहीं मैं तो तेरी कन्नी भी घोट देवा घोट ओ वड्डी बरजाई है बड़या तेनु वटना मलसी ओथे जाके मेहंदी ला सी पूरा सगन करसी तेरे हां सगन खराब करदा हां सगन कराऊं है जद एने कल अपने भिरा नु फोन कीता है ना ओदे नियमा दियां मुंदियां हो गईयां ने मेहंदी लवावण जाऊं है हुण इंदी बरात पिंगी हुए चुगी रखना तो हुक्के नु चुगी बैठा को दुख सुख दिया कर ला अगर खुशी दा टाइम है खुशी दा टाइम है ताई हुक्का मैं छिकना पिया भी ताकि खुशी दिया गल्ला अंदरों ढेर सारिया निकलना मेरा बिरा तुसी आ डोल लेके ना घरे वाग जाओ ओ क्यों हाले ताई नहीं आया जे ओ ना आया ते अगर कुड़ी आलें करे आपा की मुंह विखावना आखिर उनांदी भी दी है जे आपा ना डुकन गए तो उनांदी की इज्जत रह जावनी है ओ माई ए गल ना कर अल्लाह करसी आ जासी असी भी ऐसे उम्मीद ते आए हैं चुप कर है तेनु तो आपदी वेला दी पई होई है तू साडी शादी ते आया तेनु वेला खुलियां लबसन ओ ना घबराओ आ जासी जदों आवेगा तो मैं उन्हें समझावांगा कि चोरियां चकारियां बदमाशियां छड़ दे अपने मां बाप के नाम रोशन ना कर काका घबराओ ना केड़ी गल है मेरा तो हुन ब्लड घटया खोता ते मिंट मिंट जांदा पिया ओ ताया जी मैं भी ना इसे प्लानिंग तो उन्हें शादी करेंदा पिया हूँ चोरियां डकैटियां करेंदा है ना जदों उन्हें शादी हो जावनी उन्हें समाणी घरों बाहर नहीं निकलन देवना तो घरे बच जरा सी चोरियां आपे छाड़ देवनी कमाल होगी तू चोरी वाली आया गया पुराना ही नहीं जानने की हमदा आता से जी लग गया बैठते हो ओ किसे ने नेर दी लो बिस्मिल्ला बिस्मिल्ला चीना साहब ते जवार भाई और सुनाओ ठीक हो जनाब तुहाडा शुक्रिया अदा कर रहे जेडे तुसी साडी शादी ते पहुंच आए हो शुक्र है नाल पुराने भी आ गए ने लाड़ा ये लाड़ा तो नहीं आ गया तेरा बनवाई आ गया तैनू बड़ा चाह चाड़ गया दामन दा भाई जान भाई जान पर दफो
ਬੜਾ ਕੀ ਹੈ ਖੁਸ਼ੀ ਦਾ ਟਾਈਮ ਹੈ ਤੇ ਤੂੰ ਮੈਨੂੰ ਧੱਕੇ ਦਿੱਤੀ ਜਾਂਦਾ ਇਹ ਤੇਰਾ ਟਾਈਮ ਹੈ ਆਉਣ ਦਾ 2 ਘੰਟੇ ਹੋ ਗਏ ਅਸੀਂ ਤੇਰਾ ਇੰਤਜ਼ਾਰ ਕਰਨ ਦੇ ਖਲਿਆ ਓਰੇ ਆਉਂਦਾ ਅਸੀਂ ਤਾਂ ਪਰੇਸ਼ਾਨ ਹੋਏ ਖਲਾਸ ਪਤਾ ਨਹੀਂ ਉਹ ਫਦੀ ਗਿਆ ਜਿਹੜਾ ਹਾਲੀ ਤੱਕ ਨਹੀਂ ਆਇਆ ਮਾਫੀ ਮੰਗ ਤੂੰ ਤਾਂ ਹੀ ਧੱਕੇ ਮਾਰੀ ਜਾਂਦਾ ਮੋੜ ਇਹ ਕਰ ਮੈਂ ਨਹੀਂ ਜਾਣਾ ਤੂੰ ਸਿਰੇ ਬੰਨ ਤੇ ਵਗ ਜਾ ਖਲੋ ਜਾ ਨਾ ਕਾਵੜ ਕਰ ਆ ਗਿਆ ਤੂੰ ਬਰਾ ਦੀ ਤਿਆਰੀ ਕਰਾਓ ਅੱਗੇ ਜਿੱਥੇ ਜੇ ਤੂੰ ਇਤਨਾ ਟਾਈਮ ਬਰਦਾਸ਼ਤ ਕਰ ਲਿਆ ਤਾਂ ਹੁਣ ਵੀ ਕਰ ਲੈਵੇਂ ਭਲੇ ਨਾਲ ਉਹਦੇ ਲੱਕ ਦੀ ਹੱਡੀ ਨੇ ਭੱਜੀ ਹੁਣ ਤਾਂ ਮੰਜੀ ਤੇ ਚਾਹ ਤੂੰ ਲਜਾਣਾ ਪਵੇ ਮੈਂ ਤਾਂ ਇਹ ਕਾਲ ਚੜੀ ਕਲੀ ਮੈਂ ਨਾ ਚੀਮਿਆ ਇਹ ਆਪੇ ਉਹਦੇ ਬਰਾਤ ਲਾ ਕੇ ਵਗ ਜਸਨਾ ਆਪਾਂ ਚਲੀ ਆਪ ਦੇ ਕਾਲ ਆ ਮੇਰਾ ਬਿਰਾ ਬਰਜਾਈ ਤਾਂ ਕਿਹੜੇ ਟਾਈਮਾਂ ਦੀ ਬਿਰਾ ਦਾ ਮੂੰਹ ਵੇਖਣ ਨੂੰ ਤਰਸਦੀ ਪਈ ਆ ਇੱਥੇ ਸਾਡੀ ਵੇਲ ਬਣਦੀ ਆਏ ਤੇ ਤੁਸੀਂ ਢੋਲ ਨਹੀਂ ਮਾਰਿਆ ਅੱਜ ਠੱਡਿੱਗਾ ਚੰਗੀ ਤੇਰੀ ਇੱਜ਼ਤ ਖਾ ਮੈਂ ਮੇਰੇ ਪੁੱਤ ਨਾ ਜਾਣਾ ਕਬੜੀ ਹੋ ਇੱਕ ਗੱਲੂ ਤਾਂ ਵੇਖਿਆ ਜਾਵੇ ਨਾ ਤੋ ਵੀ ਸੱਚੇ ਨਾ ਆਪਾਂ ਕਿਹੜਾ ਚੰਗਾ ਕੰਮ ਕਰਦੇ ਬਣਿਆ ਉਹਦਾ ਤਾਂ ਦਮ ਦੁਖੀ ਹੋਣਾ ਹੀ ਹੋਣਾ ਕਿਉਂਕਿ ਉਹ ਮੇਰਾ ਵੱਡਾ ਬਿਰਾ ਹੈ ਉਹ ਨਾਲੇ ਮੈਨੂੰ ਇਹ ਦੱਸ ਵੀ ਤੇਰੇ ਮੂੰਹ ਤੋਂ ਤਾਂ ਕੁੱਲਾ ਆ ਜਾ ਸੀ ਕੁੱਲੇ ਦੀਆਂ ਲੜੀਆਂ ਤੇ ਇਹਨਾਂ ਨੂੰ ਤੂੰ ਕਿਵੇਂ ਲੁਕਾਉਵੇਂ ਕੋਈ ਮਾਸ ਮੂਸ ਤਾਂ ਨਾਲ ਲਈ ਆਵੇਂ ਨਾ ਇਹਨਾਂ ਆਪਣੇ ਨਾਲ ਜੰਜ ਤੇ ਜਾਣਾ ਤੇ ਤੁਸੀਂ ਡਕੇਟ ਨੇ ਕਿਸੇ ਵੇਖ ਲਿਆ ਤਾਂ ਨਵਾਂ ਪੰਗਾ ਨਾ ਪਾਇਆ ਜਾਵੇ ਹਾਂ ਸਹੀ ਆ ਉਹ ਚੁੱਪ ਮੇਰੀ ਭੈਣ ਸਹੀ ਆਂਦੀ ਪਈ ਹੈ ਬੇਗਾ ਮੇਰੀ ਰਾਜ ਤਰਾ ਨਾ ਕਿ ਆਉਣ ਜੀ ਤੂੰ ਆਪਣੀ ਬਰਾਤ ਲੱਗਣੀ ਹੈ ਉੱਥੇ ਤੂੰ ਫਦੀ ਗਿਆ ਇਹ ਫਦੀ ਗਿਆ ਤਾਂ ਮੋੜ ਉਹ ਯਾਰ ਜੇ ਮੈਂ ਬਾਜ ਗਿਆ ਨਾ ਤਾਂ ਇਹ ਵੀ ਬਾਜਿਆ ਸੀ ਜੇ ਮੈਂ ਨਾ ਪੀ ਗਿਆ ਨਾ ਤਾਂ ਮੋੜ ਇਵੇਂ ਸਮਝੋ ਇਹ ਵੀ ਮੇਰੇ ਨਾਲੇ ਜਾ ਉਹ ਨਾ ਕਿ ਤੂੰ ਵੀ ਕਰਨਾ ਮੈਨੂੰ ਤਾਂ ਆਦਾ ਬੁਰਖਾ ਦੇ ਦਵੀਂ ਬੁਰਖਾ ਦੇ ਦੇਵੀਂ ਤੈਨੂੰ ਕੁੜੀ ਇਹ ਜੇ ਨਾਲ ਆਵੇਂ ਤੂੰ ਕੋ ਘਬਰਾ ਨਾ ਨਾਕੇ ਸ਼ਾਕੇ ਲੱਗਣ ਤਾਂ ਮੈਂ ਜੋ ਬੈਠਾ ਉਹ ਤਾਇਆ ਜੀ ਤੁਸੀਂ ਘਬਰਾਓ ਨਾ ਆਪਾਂ ਹੀ ਵਿੱਚੂ ਹੋ ਜਸਾ ਮੇਰੇ ਕੋਲ ਖੂਫੀਆ ਰਾ ਵੀ ਹੈ ਹੁਣ ਤੁਸੀਂ ਬਸ ਚੱਕਰੋ ਔਰ ਆਵੇ ਤੇਰੇ ਅੰਦਰ ਮੈਂ ਤਿਆਰੀ ਕਰਾਂ ਆ ਵੇਖੀ ਨਾ ਉਵੇਂ ਮੂੰਹ ਸਿੱਪੀ ਤਰ੍ਹਾਂ ਕੱਢੀ ਕਰੋਤਾ ਜੇ ਘਰੇ ਹੋਵੇਂ ਆ ਨਾ ਤੇ ਤੇਰੇ ਮੂੰਹ ਤੇ ਵਟਣਾ ਮਾਰ ਲਵਾਂ ਹਾਂ ਉਹ ਦਰਜਾਈ ਜੇ ਨੇ ਅੰਦਰ ਲੈ ਜਾ ਚੰਡਾ ਚੁੰਡਾ ਮਾਰ ਕੇ ਅੰਦਰ ਰੱਤਾ ਮੂੰਹ ਕਰ ਲਾ ਵਟਣੇ ਦੀ ਕਿਹੜੀ ਲੋੜ ਹੈ ਓਏ ਕਿਤੇ ਜੁਰਤ ਹੈ ਜਿਹੜਾ ਨੂੰ ਹੱਥ ਲਾ ਜਾਵੇ ਵੇ ਤੂੰ ਚੁੱਪ ਕਰ ਉਹਨਾਂ ਦਾ ਹੱਕ ਬਣਦਾ ਚੰਡਾ ਮਾਰਨ ਦਾ ਮਜ਼ਾਕ ਕਰਨ ਦਾ ਚਲਾ ਵੇ ਔਰ ਅੰਦਰ ਹੁਣ ਤੇਰੀ ਤਿਆਰੀ ਕਰਾਂ ਮਸਕੂਤ ਰਾਣਾ ਦਾ ਤੇ ਮੇਰੀ ਜਨਾਨੀ ਦਾ ਮੁਜਰਾ ਵੇਖ ਖਾਤਰਾ ਇਧਰ ਆਵੇ ਨਾ ਜਲਦੀ ਕਰੋ ਜਲਦੀ ਮੈਂ ਤਾਂ ਤੂੰ ਮੇਰੀਆਂ ਬਿਹੀਆਂ
ਕਿਹੜੀਆਂ ਸੁੱਕਦੀਆਂ ਪਈਆਂ ਨੇ ਓ ਟੁਕਰੇ ਲਾਈ ਤੇ ਸਾਈਡ ਤੇ ਹੋ ਕੇ ਖਲੋਤਾ ਖਾ ਵਿੱਚ ਵਿੱਚ ਵੜਨਾ जमानत दे पैसे बन जा सन साडे कोल जल्दी करो वखरी पोशाक जी पुआती ने दरबारा मंगण वाला दलेर महंगी पा लगता है ढका जाए लौड़े की पोशाक आंदी है चबड़ा मारा तेन आदत आ गया था ओ माई तू मैं नहीं जानती मैं तेरी पुटपुटी दे गोली मारनी चुप कर मैं तेरी जबान खिंच के बाहर रख देनी पुटपुटी च गोली मारनी है वे, वे चाचा तू मेरे साईं दी जुबान छेक ली तो बोल सी कि मैं मेहमान तेरे यार तेरे भरा देने ओ की पे गल्ला करदे ने वे शौकी अपना ताया है कोई अकल दी गल कर ले जो उस मत ते ना लिया ते तुसी ताई उन उड़ के पाए गए ने ओ मेरी भरजाई ओ भी मेरा उस्ताद है आखिर मैं निक्का जी हासे तो उस मेनू डकेटियां करन दा वाल सिखाया हुन ना वेख ला जवान होया कला मेरी शादी हुंदी पी हुन मैं उंदा आदा बड़ा बोल सकना ए बेहतरी छड़ दे सा उस्ताद नु मैं नहीं चल हुन तेरा ब्याह होण लगा सारे आराम दे काम छाड़ देने ने अपने घर रहने मेहनत मजदूरी करनी है तो टाइम होता पे जल्दी बरात तोरो भूतनिया चलिए बचपन दी लाज पई होई होवे ना वो कभी भी नहीं जांदी चलो तुसी चलो लच्चा बंदा सट भी दे जी बंदा दिलो नफरत कर जावे तो बंदा नफरत कर सकदा खबरदार जे होने नु किसे चंगी मत लाईदा ओ बंदा मेरे तो बुरा बंदा कोई नहीं मार खा समझ तू बे चुप करे ना ले मार खावण वाली केड़ी गल है मेरा विरा है उन मैं डक सकना सदो सुन चोरियां कीती रखनियां हुण ओ शादी शुद होंदा पई इस काम तो स्प्रेज करना ओ चल यार जेड़ी होई वेख कि चलो ढोल मार यार तू प्यार जी का।
दो टके दो के मेरी समानी हाथ फी खा खच जाइए चीफ जाए फोन आ गया। हां जी भाई किथे आना भाई जी? भाई जान असी आ शादी वाले घर आए ते मेरा उस्ताद भी उत्थे ते तुसी आ जाओ आप बैठ के गल कर लेने। हां पुराने भी आ गए ने। कितने जने ने? दो जने ने। चल बस आए जी आए। ठीक है। कौन है? कौन है? ओ यार प्रोग्राम दा फोन आया मेनू ना मेरे उस्ताद ना गल करनी है। वाह वाह भाई वाह मामा यार जिन्ने तक मेरे भरा की शादी क्लियर ना हो सी मैं तेन कोई बयान नहीं फदन देने तेन मदद छड़ा और तेरे भरा की शादी नबेड़ के मुड़ असी जाना तू नसन की कोशिश की वालेकुम डाला कि खच जाइया तू थानेदार नु शगिर्द रखी बना यार मैनू की पता भी पुलिस वाला की और बंदा है मेरे को तो राती आया है की मैं उस्ताद जी ढोल दा वाल सिखना है तो मैं नाल ला के आ गया हूं मैनू पता भी पुलिस वाला तू आप आख्या तेरे मुंह दी गल पूरी होगी तो आके थानेदार नाल लई बना है तैनू जो पता है की ए थानेदार है मोर तू शौकीन दसिया आपा उनू सहर ते कर लेविया हुण ते वड्डे बमाल नु पाए गए है मेरे ते ज्यादा चलाई ना करंदे और मैं गल करंदा खला मोह विच बज के बोलन लगा मैं कहा तू चुप कर तू थानेदार हो ना ओ मैनू की पता होता हकीकत दा थानेदार लिख लिया तंजो मजा से भरपूर वीडियोस देखने के लिए चैनल को सब्सक्राइब जरूर कर दें।